ਭਾਈ ਨਿਰਮਲ ਸਿੰਘ ਖਾਲਸਾ ਦਾ ਵੇਰਕਾ ਵਿਖੇ ਅੰਤਿਮ ਸੰਸਕਾਰ ਨਹੀਂ ਹੋਣ ਦਿੱਤਾ। ਉੱਥੇ ਹਸਪਤਾਲ ਵਿੱਚ ਦਾਖਲ ਭਾਈ ਖਾਲਸਾ ਦੀ ਆਖਰੀ ਗੱਲਬਾਤ ਨੇ ਹਸਪਤਾਲ ਦੇ ਦਵਾਈ ਤੱਕ ਨਾ ਦੇਣ ਦੇ ਦੋਸ਼ਾਂ ਨੇ ਖਲਬਲੀ ਮਚਾ ਦਿੱਤੀ ਹੈ, ਜੋ ਕਿ ਪੰਜਾਬ ਸਰਕਾਰ ਦੀਆਂ ਵਧੀਆਂ ਸੇਵਾਵਾਂ ਦੇਣ ਦੇ ਦਾਅਵਿਆਂ ਤੇ ਸਵਾਲ ਖੜੇ ਹੋ ਗਏ ਨੇ। ਭਾਈ ਨਿਰਮਲ ਸਿੰਘ ਖਾਲਸਾ ਦੀ ਹਸਪਤਾਲ ਵਿੱਚ ਆਖਰੀ ਗੱਲਬਾਤ ਵਿੱਚ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਡਾਕਟਰਾਂ ਵੱਲੋਂ ਕੋਈ ਸਹੀ ਇਲਾਜ ਨਾ ਕਰਨ ਬਾਰੇ ਦੱਸ ਰਹੇ ਨੇ ਕਿ ਉਹਨਾਂ ਨੂੰ ਦਵਾਈ ਤੱਕ ਵੀ ਨਹੀਂ ਦਿੱਤੀ ਜਾ ਰਹੀ ਅਤੇ ਉਹ ਕੁਝ ਜੀਰ ਦੇ ਮਹਿਮਾਨ ਨੇ ਅਤੇ ਉਹ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੀ ਗੱਲ ਵੀ ਕਹਿ ਰਹੇ ਨੇ। ਇਸ ਤੋਂ ਬਾਅਦ ਹਸਪਤਾਲ ਦੇ ਡਾਕਟਰ ਨਾਲ ਗੱਲ ਕਰਵਾਈ ਜਾਂਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਉਹ ਦਵਾਈ ਦੇ ਰਹੇ ਨੇ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਵਾਇਰਲ ਆਡੀਓ ਦੀ ਪੰਜਾਬੀ ਟੀਵੀ ਪੁਸ਼ਟੀ ਨਹੀਂ ਕਰਦਾ। ਸਭ ਤੋਂ ਵਧੀਆ ਟ੍ਰੀਟਮੈਂਟ ਇੱਥੇ ਹੋਣਾ ਵਾ, ਤੁਸੀਂ ਹੋ ਜਾਣਾ ਠੀਕ, ਟੈਨਸ਼ਨ ਨਾ ਲਓ। ਠੀਕ ਹੋ ਜਾਣਾ ਵਾ। ਟ੍ਰੀਟਮੈਂਟ ਸ਼ੁਰੂ ਕਰੋ, ਕਹਿੰਦੇ ਉਸ ਤੋਂ ਬਾਅਦ ਮਿਲ ਦੇਵਾਂਗੇ ਅਸੀਂ, ਇੱਦਾਂ ਨੀ ਮਿਲ ਲੈਣਾ ਅਜੇ। ਹੈਲੋ, ਹਾਂਜੀ ਡੈਡੀ ਜੀ, ਤੁਸੀਂ ਫਿਕਰ ਨਾ ਕਰੋ, ਠੀਕ ਹੋ ਜਾਣਾ ਡੈਡੀ ਜੀ, ਲਵ ਯੂ, ਆਪਾਂ ਤੁਹਾਡੀ ਵੇਟ ਕਰ ਰਹੇ ਬਾਹਰ ਡੈਡੀ ਜੀ। ਨਹੀਂ ਮੁਸ਼ਕਿਲ ਆ ਮੇਰਾ, ਨਹੀਂ ਡੈਡੀ ਜੀ ਕੁਛ ਨੀ, ਤੁਹਾਨੂੰ ਹੋਣਾ ਐਵੇਂ ਨਾ ਦਿਲ ਛੱਡਿਆ ਕਰੋ। ਹੈਲੋ, ਪਾਪਾ ਜੀ ਨਾਲ ਗੱਲ ਕਰੋ। ਹਾਂ ਪੁੱਤਰ, ਪੁੱਤਰ ਫਿਕਰ ਨਾ ਕਰ, ਸਾਰੇ ਇਕੱਠੇ ਹੋਵਾਂਗੇ, ਫੇਰ ਉਸੇ ਤਰ੍ਹਾਂ ਹੀ ਅਸਾਂ ਖੇਡਾਂਗੇ। ਪ੍ਰੋਪਰ ਇਲਾਜ ਨਹੀਂ ਹੋ ਰਿਹਾ। ਹਾਂਜੀ, ਪ੍ਰੋਪਰ ਇਲਾਜ ਨਹੀਂ ਹੋ ਰਿਹਾ। ਪ੍ਰੋਪਰ ਇਲਾਜ ਡੈਡੀ ਜੀ ਹੋ ਰਿਹਾ, ਕੋਈ ਨੀ, ਮੈਂ ਕਹਿੰਦਾ ਇਹਨਾਂ ਨੂੰ, ਫਿਰ ਮੈਂ ਹੁਣੇ ਫੋਨ ਕਰਦਾ ਡੈਡੀ ਜੀ, ਮੇਰੇ ਡਾਕਟਰ ਨਾਲ ਗੱਲ ਕਰਾਓ ਇੱਥੇ। ਹਾਂਜੀ ਦੱਸੋ ਡਾਕਟਰ ਸਾਹਿਬ, ਜੇ ਕਹਿ ਰਹੇ ਕਿ 4 ਘੰਟੇ ਸੇ ਇਨਕੋ ਕੋਈ ਟ੍ਰੀਟਮੈਂਟ ਨਹੀਂ ਦਿਆ ਆਪਨੇ, ਵੋ ਮੈਂ ਬਤਾਇਆ ਨਾ ਅਭੀ ਇੰਟੂਬੇਸ਼ਨ ਕਰਨੇ ਲੱਗਾ। ਨਹੀਂ ਨਹੀਂ, ਬਹੁਤ 4 ਘੰਟੇ ਹੋ ਗਏ ਆਪਕੋ ਯਹਾਂ ਪਰ ਲੈ ਕੇ ਗਏ ਨਾ, 4 ਘੰਟੇ ਸੇ ਕਿਉਂ ਟ੍ਰੀਟਮੈਂਟ ਕਿਉਂ ਨਹੀਂ ਕੀਆ 4 ਘੰਟੇ ਸਾਹਿਬ? ਭਾਜੀ ਆਪਕੇ ਸਾਹਮਣੇ ਟ੍ਰੀਟਮੈਂਟ ਦੇ ਨਾ, ਬਾਅਦ ਮੈਂ ਨਾਈਟ ਡੋਸ ਮਿਲਤਾ ਹੈ ਨਾ, ਵੋ ਤੋ ਸਿਸਟਰ ਦੇ ਦਿਆ ਅਭੀ। ਨਹੀਂ ਨਹੀਂ, ਜੇ ਗਲਤ ਬਾਤ ਜੀ ਆਪਕੀ, ਜੇ ਬਹੁਤ ਗਲਤ, ਆਪਕੋ ਪਤਾ ਵੀ ਚਲ ਗਿਆ ਕਿ ਜੇ ਪੋਜ਼ਿਟਿਵ ਹੈ ਤੋ ਆਪਨੇ ਟ੍ਰੀਟਮੈਂਟ ਕਿਉਂ ਨਹੀਂ ਕੀਆ? ਭਾਜੀ ਵੋ ਤੋ ਟ੍ਰੀਟਮੈਂਟ ਆਲਰੇਡੀ ਚੱਲ ਰਿਹਾ ਹੈ ਉਸਕਾ। ਅਭੀ ਯਹਾਂ ਸੇ, ਆਪ ਯਹਾਂ ਸੇ ਮੂਵ ਕੀਆ ਤੋ ਤਬ ਸੇ ਟ੍ਰੀਟਮੈਂਟ ਚੱਲ ਰਿਹਾ ਇਨਕਾ? ਹਾਂ ਮੈਂ ਬਤਾ ਰਹੀ ਹੂੰ ਨਾ ਆਪਕੋ, ਪਹਿਲੇ ਵੀ ਚੱਲ ਰਿਹਾ ਉਸਕਾ। ਨਹੀਂ ਪਹਿਲੇ ਤੋ ਚੱਲ ਰਿਹਾ ਥਾ, ਉਸਕੇ ਜਬ ਇਸ ਰੂਮ ਸੇ ਵਹਾਂ ਪਰ ਸ਼ਿਫਟ ਕੀਆ ਤਬ ਸੇ ਕੋਈ ਟ੍ਰੀਟਮੈਂਟ ਦਿਆ ਆਪਨੇ ਉਨਕੋ? ਦੇ ਦਿਆ ਅਭੀ ਟ੍ਰੀਟਮੈਂਟ। ਵੋ ਤੋ ਕਹਿ ਰਹੇ ਕੁਛ ਨਹੀਂ ਦਿਆ। ਪੁੱਛ ਲੋ ਅਭੀ ਆ ਕੇ ਬਾਪੂ ਜੀ ਕੇ ਇਲਾਜ ਕਰਨੇ ਕੇ ਲਈ, ਮੈਂ ਬਤਾਇਆ ਨਾ ਆਪਕੋ ਇਧਰ ਨਹੀਂ ਕਰਨਾ, ਬੋਲਾ ਓਟੀ ਜਾਣਾ ਹੈ ਬੋਲਾ। ਨਹੀਂ ਤੋ ਵੋ ਤੋ ਬੋਲਤੇ ਨਾ ਕਿ ਵਹਾਂ ਪਰ ਓਟੀ ਪੇ ਜਾਣਾ, ਲੇਕਿਨ ਆਪਨੇ ਟ੍ਰੀਟਮੈਂਟ ਤੋ ਕੀਆ ਨਾ।